ਸਾਰਾ ਹੀ ਤੜ ਗਿਆ, ਬਰਾਂਡਾ ਵੀ ਤੜ ਗਿਆ, ਉਹ ਵੀ ਕਮਰਾ ਵੀ ਤੜ ਗਿਆ ਸੀ। ਵਿਆਹ ਕਰਨੇ ਸੀ ਮੁੰਡਿਆਂ ਦੇ, ਹੁਣ ਭਲਾ ਕਿੱਥੋਂ ਕਰਨੇ ਆ। ਜਦੋਂ ਮੈਂ ਅੱਗੇ ਸਰਪੰਚ ਸਾਹਿਬ ਨਾਲ ਗੱਲ ਕਰਦਾ, ਉਹ ਮੈਨੂੰ ਕਹਿ ਦਿੰਦੇ ਆ ਉਹਨਾਂ ਵੀ ਅੱਜ ਵੀ ਸਾਨੂੰ ਜੇ MLA ਸਾਹਿਬ ਕਹਿੰਦੇ ਵੀ ਆਬਾਦੀ ਤੋਂ ਬਾਹਰ ਆ, ਵੀ ਇੱਥੇ ਅਸੀਂ ਗ੍ਰਾਂਟ ਦੇ ਇੱਕ ਵੀ ਪੈਸਾ ਲਾਉਣਾ। ਮੈਂ ਕਹਿੰਦੀ ਹਾਂ ਰਿਹਾ ਹੀ ਕੱਖ ਨਹੀਂ ਹੈਗਾ, ਇੰਨਾ ਨੁਕਸਾਨ ਹੋ ਚੁੱਕਾ ਆ ਹੱਦ ਤੋਂ ਬਾਅਦ। ਅਸੀਂ ਹਰੇਕ ਪੁੱਛ ਕੇ ਇਹੀ ਚਲੇ ਜਾਂਦੇ ਆ ਵੀ ਤੁਹਾਡੇ ਕਿੰਨਾ ਨੁਕਸਾਨ ਹੋਇਆ, ਕੀ ਹੋਇਆ, ਤੁਹਾਨੂੰ ਪਾਣੀ ਦੇ ਪ੍ਰਬੰਧ ਕੀਤਾ ਜਾਊਗਾ, ਆਖਰ ਕੁਛ ਨਹੀਂ ਪਹੁੰਚ ਰਿਹਾ ਇੱਥੇ ਤੱਕ। ਕੋਈ ਕੁਛ ਵੀ ਨਹੀਂ ਬਚਿਆ ਹੈਗਾ ਉੱਪਰ ਲੈਣ ਨੂੰ, ਕੋਈ ਮੰਜੇ ਬਿਸਤਰੇ ਬੈੱਡ ਉਹ ਸਭ ਟੁੱਟੇ ਪਏ ਨੇ। ਕੋਈ ਇੰਨਾ ਉੱਦਣ ਮੈਨੂੰ ਖਾਂਬੇ ਦਾ ਬੁਖਾਰ ਚੜਿਆ ਬਹੁਤ ਜ਼ਿਆਦਾ, ਇੱਕ ਖੇਸ ਜਿਹਾ ਸੀ ਉਹੀ ਉੱਪਰ ਲਿਆ, ਕੋਈ ਉੱਪਰ ਲੈਣ ਨੂੰ ਕੱਪੜਾ ਵੀ ਨਹੀਂ ਮਿਲਿਆ ਹੈਗਾ, ਇੰਨਾ ਖਾਂਬੇ ਤੋਂ ਬੁਖਾਰ ਚੜਦਾ ਰਿਹਾ। ਕੋਈ ਸਾਡੇ ਹੀ ਸੰਬੰਧ ਨਹੀਂ ਹੈਗਾ ਇੱਥੇ, ਬਿਲਕੁਲ ਵੀ ਪਾਣੀ ਕਰਨੀ ਹੋਵੇ ਇਸੇ ਤਰ੍ਹਾਂ ਹੀ ਆ ਬਿਮਾਰ ਬੈਠੇ ਹਾਂ। ਗੁੱਡੀਆਂ ਮੇਰੀਆਂ ਤਿੰਨ ਆ, ਇਹਨਾਂ ਦਾ ਦਾਜ ਬਣਾ ਕੇ ਰੱਖਿਆ ਸੀ, ਉਹ ਵੀ ਸਾਰਾ ਹੀ ਖਰਾਬ ਹੋ ਗਿਆ, ਪਾਣੀ ਭਰ ਗਿਆ ਪੇਟੀਆਂ 'ਚ, ਬੈੱਡ ਵੀ ਖਰਾਬ ਹੋ ਗਿਆ। ਦੇਖ ਲਾ ਵੀ ਕਿਹੜੀ ਚੀਜ਼ ਹੈ ਜਿਹੜੀ ਨਹੀਂ ਖਰਾਬ ਹੋ ਗਈ। ਪੰਜਾਬ ਦੇ ਵੱਖੋ ਵੱਖ ਪਿੰਡਾਂ ਦੇ ਵਿੱਚ ਹੜ੍ਹਾਂ ਕਾਰਨ ਤਬਾਹੀ ਜ਼ਰੂਰ ਮਚੀ, ਪਾਣੀ ਦਾ ਪੱਧਰ ਉਸ ਤੋਂ ਬਾਅਦ ਘਟਦਾ ਦਿਖਾਈ ਦੇ ਰਿਹਾ, ਪਰ ਇੱਥੇ ਸ਼ਾਂਤ ਹੋਣ ਵਾਲੀ ਗੱਲ ਨਹੀਂ ਹੈ ਜਾਂ ਫਿਰ ਇਹ ਸੁੱਖ ਦਾ ਸਾਹ ਲੈਣ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਬਰਬਾਦੀ ਹੁਣ ਸ਼ੁਰੂ ਹੋਈ ਹੈ, ਤਬਾਹੀ ਹੁਣ ਸ਼ੁਰੂ ਹੋਵੇਗੀ, ਦਿੱਕਤ ਹੁਣ ਸ਼ੁਰੂ ਹੋਵੇਗੀ। ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਪਾਣੀ ਦਾ ਪੱਧਰ ਘੱਟ ਚੁੱਕਾ, ਪਾਣੀ ਜ਼ਰੂਰ ਸੁੱਕ ਚੁੱਕਾ, ਪਰ ਘਰਾਂ ਦੇ ਇਸ ਵੇਲੇ ਕੀ ਹਾਲਾਤ ਨੇ, ਘਰਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ, ਤੂੜੀ ਦੀ ਬਰਬਾਦੀ ਹੋਈ ਹੈ, ਜਾਨਵਰਾਂ ਦੀ ਬਰਬਾਦੀ ਹੋਈ ਹੈ, ਜਾਂ ਘਰਾਂ ਦੇ ਵਿੱਚ ਜਿੰਨਾ ਵੀ ਸਮਾਨ ਸੀ ਉਹ ਬਰਬਾਦ ਹੋ ਚੁੱਕਾ। ਤੁਹਾਡੇ ਤਕਰੀਬਨ ਸਾਰੇ ਕਮਰਿਆਂ ਦੇ ਵਿੱਚ ਕਾਫੀ ਤਰੇੜਾਂ ਆਈਆਂ ਨੇ, ਡਰ ਨਹੀਂ ਲੱਗਦਾ ਕਮਰੇ ਦੇ ਵਿੱਚ ਬੈਠਣ ਵੇਲੇ? ਲੱਗਦਾ ਹੀ ਆ, ਹੁਣ ਅੰਦਰ ਬੜੀ ਦਾ ਨੀਗਾ, ਨਿਆਣੇ ਰਾਤ ਨੂੰ ਸੌਂਦੇ ਆ, ਉਹ ਵੀ ਉੱਠ ਉੱਠ ਦੇਖਦੇ ਰਹੀਦਾ ਨਿਆਣਿਆਂ ਨੂੰ ਵੀ ਕਿਤੇ ਡੇਗ ਹੀ ਨਾ ਪੈਣ ਕੰਧਾਂ, ਫਿਰ ਵੀ ਨਿਆਣੇ ਅੱਧੀ ਰਾਤ ਨੂੰ ਉੱਠ ਕੇ ਆ ਜਾਂਦੇ ਆ ਬਾਹਰ ਨੂੰ, ਮੰਮੀ ਡਰ ਲੱਗਦਾ ਅੰਦਰ ਸਾਰੇ ਤੜੇ ਪਏ ਆ, ਹੁਣ ਅੰਦਰ ਵੜਨ ਨੂੰ ਜੀ ਨਹੀਂ ਕਰਦਾ। ਜਿਉਂ ਪਾਣੀ ਆਇਆ ਅਸੀਂ ਤਾਂ ਅੰਦਰ ਵੜ ਕੇ ਨਹੀਂ ਦੇਖਿਆ ਹੈਗਾ, ਸਫਾਈਆਂ ਜ਼ਰੂਰ ਕਰ ਲਈਆਂ ਆ, ਬਸ ਅੰਦਰ ਪੈ ਕੇ ਨਹੀਂ ਦੇਖਿਆ ਸੀ ਕਦੀ, ਬਸ ਬਾਹਰੋਂ ਸੇਵਾ ਆਉਂਦੀ ਰਹੀ ਆ ਸਾਨੂੰ, ਕਿਸੇ ਨੇ ਆ ਕੇ ਇੱਥੇ ਗੌਰਮੈਂਟ ਵੱਲੋਂ ਕੋਈ ਸਹੂਲਤ ਨਹੀਂ ਆਈ ਸਾਨੂੰ, ਕਿਸੇ ਨੂੰ ਕੋਈ ਸਾਨੂੰ ਤਰਪਾਲ ਨਹੀਂ ਦਿੱਤੀ, ਸਾਡਾ ਸਮਾਨ ਵੀ ਬਾਹਰ ਹੀ ਭੱਜ ਗਿਆ ਉੱਥੇ ਬੰਦ ਹੀ, ਸਾਨੂੰ ਨਾ ਕਿਸੇ ਨੇ ਆ ਕੇ ਸਰਪੰਚ ਨੇ ਪੰਚ ਨੇ ਪੰਚਾਇਤ ਵਾਲੇ ਕਿਸੇ ਮੈਂਬਰ ਨੇ ਪੁੱਛਿਆ ਕਿ
ਇਹੀ ਬਸ ਪਾਣੀ ਦਾ ਘੁੱਟ ਵੀ ਨਹੀਂ ਹਜੇ ਤੱਕ ਸਾਨੂੰ ਕਿਸੇ ਨੇ ਦਿੱਤਾ ਕੇ, ਇਹੀ ਗੰਦਾ ਪਾਣੀ ਪੀ ਜਾਂਦੇ ਆ, ਉਹ ਪਰਲੇ ਘਰੋਂ ਪਾਣੀ ਲਿਆਉਂਦੇ ਹਾਂ ਅਸੀਂ ਜਾਂ ਪਾਣੀ ਪੀਣਾ ਆ ਤੁਸੀਂ ਜਾਂ ਨਹੀਂ ਪੀਣਾ ਜਾਂ ਤੁਹਾਨੂੰ ਦਈਏ ਜਾਂ ਨਾ, ਬਸ ਉਹ ਵੀ ਨੀ ਆ ਕੇ ਬੜਿਆ। ਰੋਟੀ ਪਾਣੀ ਖਾ ਰਹੇ ਨੇ ਬੱਚੇ? ਪਾਣੀ ਹਾਂਜੀ ਖਾਂਦੇ ਪਏ ਆ, ਅਸੀਂ ਆਪ ਪਕਾਉਂਦੇ ਆ ਹੁਣ ਘਰੋਂ, ਅਸੀਂ ਆਪਣੀ ਪਕਾ ਕੇ ਖਾਈਦੀ ਆ, ਸਿਲੰਡਰ ਵੀ ਮੁੱਕੇ ਹੋਏ, ਬਾਲਣ ਬੁਲਣ ਸਾਡੀਆਂ ਪਾਥੀਆਂ ਸਭ ਹੜ ਗਈਆਂ। ਤੁਸੀਂ ਗੰਦਾ ਪਾਣੀ ਪੀ ਕੇ ਬਿਮਾਰ ਹੋਏ? ਗਲਾ ਖਰਾਬ ਹੋਇਆ ਆ, ਬੁਖਾਰ ਚੜਿਆ ਆ, ਤੁਰ ਨਹੀਂ ਹੁੰਦਾ, ਲੱਤਾਂ ਪੈਰ ਬਹੁਤ ਦੁਖਦੇ ਆ। ਹਾਂਜੀ ਹਾਂ, ਦਵਾਈਆਂ ਪਹੁੰਚੀਆਂ ਨੇ ਤੁਹਾਡੇ ਤੱਕ? ਦਵਾਈਆਂ ਪਹੁੰਚੀਆਂ ਸੀ ਪਰ ਆਰਾਮ ਨਹੀਂ ਆਇਆ ਉਹਨਾਂ ਨਾਲ। ਹਾਂਜੀ, ਇੱਕ ਦਾਣੇ ਖਰਾਬ ਹੋਏ, ਕੱਪੜਾ ਲੀੜਾ ਸਾਰਾ ਖਰਾਬ ਹੋ ਗਿਆ, ਕੁੜੀ ਦੇ ਬੈਤਰੇ ਬਣਾਏ ਸੀ ਉਹ ਵੀ ਖਰਾਬ ਹੋ ਗਏ। ਹਾਂਜੀ, ਉਹ ਦਾਜ ਬਣਾਇਆ ਸੀ ਕੁੜੀ ਦਾ? ਕਦੋਂ ਸੀ ਕੁੜੀ ਦਾ ਵਿਆਹ? ਰੱਖਿਆ ਨਹੀਂ ਹਜੇ, ਉਹਦਾ ਵੇਖਣਾ ਸੀਗਾ ਹੁਣ ਮੁੰਡਾ। ਹਾਂਜੀ, ਉਹ ਜਿਹੜਾ ਦਾਜ ਦਾ ਸਮਾਨ ਬਣਾਇਆ ਸੀ ਸਾਰਾ ਖਰਾਬ? ਹਾਂਜੀ ਸਾਰਾ ਹੀ ਖਰਾਬ ਹੋ ਗਿਆ। ਕਿੰਨੇ ਕੁ ਪੈਸੇ ਦੀ ਬਰਬਾਦੀ ਹੋਈ? ਹੋ ਗਈ ਲੱਖ ਦੇ ਨੇੜ ਤੇੜ ਬਰਬਾਦੀ ਹੋ ਗਈ ਤੁਹਾਡੇ ਲਈ, ਇਹੀ ਲੱਖ ਕਰੋੜਾਂ ਵਰਗੇ। ਹਾਂਜੀ, ਕਣਕ ਵੀ ਖਰਾਬ ਹੋ ਗਈ, ਤੋੜੀ ਵੀ ਖਰਾਬ ਹੋ ਗਈ। ਸਮਾਨ ਦੁਬਾਰਾ ਬਣਾਉਣਾ ਕਿੰਨਾ ਔਖਾ ਹੈ ਅਸੀਂ ਸਮਝ ਸਕਦੇ ਹਾਂ? ਹਾਂਜੀ, ਬਣਾਉਣਾ ਬਹੁਤ ਔਖਾ ਆ ਹੁਣ, ਆਹ ਘਰ ਦਾ ਟਾਈਮ ਪਾਸ ਹੁੰਦਾ ਮਸਾਂ ਹੀ। ਹਾਂਜੀ, ਸਾਡੇ ਕਿਹੜੀਆਂ ਮਿੱਲਾਂ ਚੱਲਦੀਆਂ ਆ, ਜਿਹੜੇ ਅਸੀਂ ਹੋਰ ਬਣਾ ਲਵਾਂਗੇ, ਸਾਨੂੰ ਟੈਨਸ਼ਨ ਨਹੀਂ ਹੁਣ, ਇਹੀ ਟੈਨਸ਼ਨ ਆ ਸਾਨੂੰ। ਸਾਡੇ ਇੱਧਰ ਤਿੰਨ ਕੁੜੀਆਂ ਆ, ਇੱਧਰ ਕੁੜੀ ਆ, ਇਹਨਾਂ ਨੇ ਵੀ ਦਾਜ ਬਣਾਇਆ ਸੀ ਕੁੜੀਆਂ ਦਾ, ਉਹ ਵੀ ਸਾਰਾ ਹੀ ਖਰਾਬ ਹੋ ਗਿਆ, ਕਿਸੇ ਕੰਮ ਦਾ ਰਿਹਾ ਨਹੀਂ। ਸਾਨੂੰ ਪਤਾ ਸਾਰੇ ਰੰਗ ਚੜ ਕੇ ਕੱਪੜੇ ਲੀੜਿਆਂ ਨੂੰ, ਇੱਕ ਦੂਸਰੇ ਦਾ ਉਧਰੋਂ ਉਧਰ ਰੰਗ ਰੁੰਗ ਚੜ ਗਿਆ, ਕੱਪੜੇ ਸਭ ਬਰਬਾਦੀ ਹੋਈ ਪਈ ਆ ਜੀ। ਇਸ ਟਾਈਮ ਤਾਂ ਕੁਛ ਨਹੀਂ ਹੈਗਾ ਸਾਡੇ ਕੋਲ ਤਾਂ, ਜਿਹੜੀ ਗੱਲ ਸੱਚੀ ਆ। ਹਾਂਜੀ, ਅਸੀਂ ਤਾਂ ਹੁਣ ਬਸ ਇਹੀ ਕਹਾਂਗੇ, ਆਹ ਵੀ ਸਾਰਾ ਹੀ ਤੜ ਗਿਆ, ਬਰਾਂਡਾ ਵੀ ਤੜ ਗਿਆ, ਉਹ ਵੀ ਕਮਰਾ ਵੀ ਤੜ ਗਿਆ, ਅਸੀਂ ਵਿਆਹ ਕਰਨੇ ਸੀ ਮੁੰਡਿਆਂ ਦੇ, ਹੁਣ ਭਲਾ ਕਿੱਥੋਂ ਕਰਨੇ ਆ, ਕਮਰਾ ਵੀ ਸਾਰਾ ਤਿੜਿਆ ਪਿਆ ਆ ਜੀ। ਤੁਹਾਡਾ ਘਰ ਵੀ ਇੱਦਾਂ ਹੀ ਬਰਬਾਦ? ਹਾਂਜੀ, ਇੱਦਾਂ ਹੀ ਬਰਬਾਦ ਹੋਇਆ। ਇੱਥੇ ਜਿਹੜੇ ਇੱਧਰਲੇ ਪਾਸੇ ਦਰਿਆ ਦੇ ਇਲਾਕੇ ਦੇ ਵਿੱਚ ਰਹਿੰਦੇ, ਸਾਰਿਆਂ ਦਾ ਘਰ ਇੱਦਾਂ ਬਰਬਾਦ ਹੋਇਆ। ਮੈਂ ਕਹਿੰਦੀ ਹਾਂ ਰਿਹਾ ਹੀ ਕੱਖ ਨਹੀਂ ਹੈਗਾ, ਇੰਨਾ ਨੁਕਸਾਨ ਹੋ ਚੁੱਕਾ ਆ ਹੱਦ ਤੋਂ ਬਾਅਦ। ਸਿਲੰਡਰ ਭਰਾਉਣ ਪੈਸੇ ਵੀ ਹੈ ਨਹੀਂ ਹੁਣ, ਸਿਲੰਡਰ ਭਰਾਉਣ ਪੈਸੇ ਵੀ ਹੈ ਨਹੀਂ ਹੁਣ, ਕਿੱਥੋਂ ਲਈਏ? ਹਾਂਜੀ, ਨਾ ਬਾਲਣ, ਬਾਲਣ ਵੀ ਸਾਰਾ ਰੁੜ ਗਿਆ। ਹਾਂਜੀ, ਅਤੇ ਇੱਧਰ ਦੇਖ ਲਓ ਵੀ ਆ ਗੁੱਡੀਆਂ ਮੇਰੀਆਂ ਤਿੰਨ ਆ, ਇਹਨਾਂ ਦਾ ਦਾਜ ਬਣਾ ਕੇ ਰੱਖਿਆ ਸੀ, ਉਹ ਵੀ ਸਾਰਾ ਹੀ ਖਰਾਬ ਹੋ ਗਿਆ, ਪਾਣੀ ਭਰ ਗਿਆ ਪੇਟੀਆਂ 'ਚ, ਬੈੱਡ ਵੀ ਖਰਾਬ ਹੋ ਗਿਆ। ਦੇਖ ਲਾ ਵੀ ਕਿਹੜੀ ਚੀਜ਼ ਆ ਜਿਹੜੀ ਨਹੀਂ ਖਰਾਬ ਹੋਈ, ਦਿਹਾੜੀ ਦੱਪੇ ਵਾਲੇ ਬੰਦੇ ਆ। ਕਿੱਥੋਂ ਮਦਦ ਨਹੀਂ ਮਿਲੀ ਕੋਈ ਪ੍ਰਸ਼ਾਸਨ ਵੱਲੋਂ, ਐਨਜੀਓਜ਼ ਵੱਲੋਂ? ਨਾ ਨਾ, ਕੋਈ ਮਦਦ ਨਹੀਂ ਹੋਈ। ਤੁਹਾਡੇ ਤੱਕ ਲੰਗਰ ਪਹੁੰਚਿਆ? ਹਾਂਜੀ, ਰੋਟੀ ਤਾਂ, ਦਵਾਈਆਂ ਵੀ ਪਹੁੰਚੀਆਂ ਹੋਣੀਆਂ। ਹਾਂਜੀ ਹਾਂਜੀ, ਖਾਲਸਾ ਏਡ ਵੀ ਬਹੁਤ ਮਦਦ ਕਰ ਰਿਹਾ, ਪ੍ਰਾਈਵੇਟ ਐਨਜੀਓਜ਼ ਅੱਗੇ ਆ ਕੇ ਮਦਦ ਕਰ ਰਹੀਆਂ, ਪਿੰਡਾਂ ਦੇ ਪਿੰਡ ਜਿਹੜੇ ਨੇ ਹਰ ਪਿੰਡ ਦਾ ਦੌਰਾ ਤਕਰੀਬਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਵੱਲੋਂ। ਅੱਛਾ ਜੀ, ਤੁਹਾਡੇ ਤੱਕ ਨਹੀਂ ਪਹੁੰਚੇ? ਨਹੀਂ ਜੀ, ਇੱਥੇ ਨਹੀਂ ਪਹੁੰਚੇ ਹੈਗੇ, ਹਜੇ ਨਹੀਂ ਪਹੁੰਚੇ, ਪਹੁੰਚੇ ਨਹੀਂ ਇੱਥੇ। ਹਾਂਜੀ, ਤੁਹਾਨੂੰ ਕੌਣ ਦੇ ਰਿਹਾ ਲੰਗਰ ਤੇ ਦਵਾਈਆਂ ਕੌਣ ਦੇ ਰਿਹਾ ਫਿਰ? ਲੰਗਰ ਤਾਂ ਗੁਰਦੁਆਰੇ ਵਾਲੇ ਵਿਚਾਰੇ ਦੇ ਗਏ, ਜਿਹਨੂੰ ਪਤਾ ਲੱਗਦਾ ਸੀ ਉਹੀ ਆ ਜਾਂਦੇ ਸੀ, ਮਦਦ ਤਾਂ ਬਥੇਰੀ ਵਿਚਾਰੀ ਗੁਰਦੁਆਰੇ ਵਾਲੇ। ਉਮੀਦ ਹੈਗੀ ਪ੍ਰਸ਼ਾਸਨ ਤੋਂ? ਉਮੀਦ ਹੈਗੀ ਕੋਈ ਮਦਦ ਦੀ? ਹਾਂਜੀ, ਪ੍ਰਸ਼ਾਸਨ ਤੋਂ ਕੋਈ ਮਦਦ ਦੀ ਉਮੀਦ ਹੈਗੀ? ਪਤਾ ਨਹੀਂ ਜੀ, ਹੁਣ ਪਤਾ ਨਹੀਂ ਜੀ, ਉਮੀਦ ਹੋਣੀ ਆ ਜੀ ਸਾਡੀ, ਜਦ ਸਾਨੂੰ ਹੋਣੀ ਨਹੀਂ, ਕਿਸੇ ਨੇ ਆ ਕੇ ਪੁੱਛਿਆ ਹੈਗਾ, ਕੋਈ ਆ ਕੇ ਮੰਤਰੀ ਨਹੀਂ ਖੜਾ, ਕੋਈ ਹੋਰ ਨਹੀਂ, ਪ੍ਰਧਾਨ ਆ ਕੇ ਖੜਾ ਹੈਗਾ,
ਉੱਧਰ ਉੱਧਰ ਹੀ ਲਈ ਜਾਂਦੇ ਆ, ਉੱਧਰ ਉੱਧਰ ਹੀ ਲਈ ਆਉਂਦੇ ਆ, ਪ੍ਰਧਾਨਾਂ ਨੂੰ ਵੀ, ਮੰਤਰੀਆਂ ਨੂੰ ਵੀ, ਇੱਥੇ ਤੱਕ ਹਜੇ ਤੱਕ ਕੋਈ ਪਹੁੰਚਾ ਨਹੀਂ ਹੈਗਾ ਵੀ ਦੇਖੀਏ ਅਸੀਂ ਜਾ ਕੇ। ਅਸਲੀ ਤਬਾਹੀ ਤਾਂ ਇਸ ਜਗ੍ਹਾ ਤੇ ਹੋਈ ਹੈ, ਤੁਹਾਡੇ ਘਰ ਪੂਰੇ ਡੁੱਬੇ ਹੋਏ ਸਾਰੇ, ਇੱਥੇ ਬਰਬਾਦੀ ਜ਼ਿਆਦਾ ਹੋਈ ਆ, ਹੋਰ ਕਿਸੇ ਪਿੰਡ 'ਚ ਬਰਬਾਦੀ ਨਹੀਂ ਹੋਈ, ਨਾ ਆਲੋ ਵਾਲ ਨਾ ਭੋਲੇ ਵਾਲ, ਜਿੱਧਰ ਸਾਰੇ ਪੂਰਾ ਹੀ ਇੰਤਜ਼ਾਮ ਹੁੰਦਾ ਪਿਆ ਆ, ਸਭ ਕੁਛ ਉੱਧਰ, ਰਾਸ਼ਨ ਪਾਣੀ ਖਾਲ ਪਸ਼ੂਆਂ ਦੀ ਸਭ ਉੱਧਰ ਜਾਂਦੀ ਆ ਜੀ। ਪਸ਼ੂਆਂ ਲਈ ਖਾਲ ਵੀ ਨਹੀਂ ਮਿਲੀ, ਅਸੀਂ ਆਟਾ ਛਾਣ ਛਾਣ ਕੇ ਪਸ਼ੂਆਂ ਨੂੰ ਰਜਾਉਂਦੇ ਰਹੇ ਹਾਂ, ਆਟਾ ਪਾ ਪਾ ਕੇ। ਟਰਾਲੀ ਪੇੜੇ ਦੀ ਆਈ ਆ, ਆਲੋ ਵਾਲ 40 ਬੋਰੇ ਲਿੱਥੇ ਆ, ਬਾਕੀ ਭੋਲੇ ਵਾਲ ਸਾਰੀ ਗਈ ਆ। ਕੋਈ ਰਾਸ਼ਨ ਆਉਂਦਾ ਆ, ਕੋਈ ਤੂੜੀ ਵਾਲਾ ਆਉਂਦਾ, ਸਭ ਆਲੋ ਵਾਲ ਭੋਲੇ ਵਾਲ ਜਾਂਦੇ ਆ। ਅੱਧਾ ਬੋਰਾ ਮਿਲਿਆ ਬਸ ਸਿਰਫ ਸਾਨੂੰ, ਖੁਰਾਕ ਪਸ਼ੂਆਂ ਦੀ ਅੱਧਾ ਅੱਧਾ ਬੋਰਾ ਮਿਲਿਆ, ਪੱਠੇ ਵੀ ਸਾਡੇ ਮਾਰ ਕੇ। ਜਿੱਧਰ ਨੁਕਸਾਨ ਜ਼ਿਆਦਾ ਹੋਇਆ ਦਰਿਆਲ ਦੇ ਪਾਸੇ ਬੈਠੇ ਆ, ਜਿੱਧਰ ਨੁਕਸਾਨ ਜ਼ਿਆਦਾ ਹੋਇਆ ਉੱਧਰ ਮਦਦ ਘੱਟ ਆਈ, ਉੱਧਰ ਘੱਟ ਆਈ ਆ, ਉੱਧਰ ਬਹੁਤ ਘੱਟ ਆਏ ਆ, ਕਿਉਂਕਿ ਜਿੱਧਰ ਨਹੀਂ ਪਾਣੀ ਆਇਆ ਘੱਟ ਆਇਆ, ਉੱਧਰਲੇ ਪਾਸੇ ਲੋਕ ਜਾਂਦੇ ਰਹੇ, ਇੱਧਰਲੇ ਪਾਸੇ ਜਾਂਦੇ ਰਹੇ, ਇੱਧਰਲੇ ਪਾਸੇ ਜਾਂਦੇ ਰਹੇ। ਪਾਣੀ ਪੀ ਰਹੇ ਹੋ ਉਹੀ ਜਿਹੜਾ ਪਾਣੀ ਆ ਰਿਹਾ, ਟੂਟੀਆਂ ਬਹੁਤ ਖਰਾਬ ਹੋ ਚੁੱਕਾ ਆ, ਪਾਣੀ ਤਾਂ ਵਿਚਾਰੇ ਹੁਣ 3-4 ਦਿਨ ਹੋ ਗਏ ਦੇ ਕੇ ਨਹੀਂ ਜਾਂਦੇ, ਨਹੀਂ ਤਾਂ ਪਾਣੀ ਤਾਂ ਦੇ ਕੇ ਜਾਂਦੇ ਰਹੇ। ਹਾਂਜੀ ਪਾਣੀ ਪੀ ਕੇ ਬਿਮਾਰੀਆਂ ਵੀ ਬਹੁਤ ਲੱਗ ਰਹੀਆਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸਭ ਤੋਂ ਜ਼ਿਆਦਾ ਬਰਬਾਦੀ ਜਿਹੜੀ ਹੈ ਇਸ ਜਗ੍ਹਾ 'ਤੇ ਹੋਈ ਸੀ, ਇਹਨਾਂ ਦੇ ਘਰ ਡੁੱਬੇ ਪਏ ਸਨ ਜਦੋਂ ਪਹਿਲੇ ਦਿਨ ਅਸੀਂ ਇੱਥੇ ਆ ਕੇ ਜਾਇਜ਼ਾ ਲਿਆ ਸੀ ਇਸ ਜਗ੍ਹਾ ਦਾ। ਅਤੇ ਇਹਨਾਂ ਦਾ ਕਹਿਣਾ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆ ਕੇ ਨਹੀਂ ਵੜਿਆ, ਪਿੰਡ ਦਾ ਸਰਪੰਚ, ਕੀ ਨਾਮ ਹੈ ਸਰਪੰਚ ਦਾ? ਬਿੱਟੂ ਆ ਜੀ। ਹਾਂਜੀ ਉਹਨਾਂ ਨੇ ਵੀ ਆ ਕੇ ਨਹੀਂ ਸਰ, ਉਹ ਆ ਕੇ ਨਹੀਂ ਦੇਖਿਆ ਇੱਥੇ, ਉਹਨਾਂ ਨੇ ਬੰਨ ਤੇ ਜ਼ਰੂਰ ਆਏ ਸੀਗੇ, ਕਿਸੇ ਪਤਾ ਨਹੀਂ ਕੋਈ ਪ੍ਰਧਾਨ ਸੀ ਪਤਾ ਨਹੀਂ ਕੋਈ, ਹਾਂਜੀ ਘਰ ਨਹੀਂ ਆਏ ਇਹਨਾਂ ਦੀ। ਇਹ ਉਹ ਵਿਅਕਤੀ ਨੇ ਜਿਨ੍ਹਾਂ ਦੀ ਸਾਰ ਲੈਣੀ ਬਹੁਤ ਜ਼ਰੂਰੀ ਸੀ, ਪਰ ਇਹਨਾਂ ਤੱਕ ਕੋਈ ਵੀ ਅਜਿਹੀ ਮਦਦ ਨਹੀਂ ਪਹੁੰਚੀ ਜਿਹੜੀ ਬਾਕੀ ਪਿੰਡਾਂ ਦੇ ਵਿੱਚ ਪਹੁੰਚ ਰਹੀ ਹੈ, ਕਿਉਂਕਿ ਅਸੀਂ ਦੇਖਿਆ ਕਿ ਰਾਸ਼ਨ ਦੀ, ਅੰਨ ਦੀ ਬਹੁਤ ਬੇਅਦਬੀ ਹੋ ਰਹੀ ਹੈ, ਬਹੁਤ ਰਾਸ਼ਨ ਜਾਂ ਰੋਟੀਆਂ ਜਿਹੜੀਆਂ ਨੇ ਖਰਾਬ ਕੀਤੀਆਂ ਜਾ ਰਹੀਆਂ, ਰਾਸ਼ਨ ਖਰਾਬ ਕੀਤਾ ਜਾ ਰਿਹਾ, ਪਰ ਇੱਥੇ ਰਾਸ਼ਨ ਪਹੁੰਚਣਾ, ਇੱਥੇ ਦਵਾਈਆਂ ਪਹੁੰਚਣੀਆਂ ਅਤੇ ਖਾਸ ਤੌਰ 'ਤੇ ਪਾਣੀ, ਸਾਫ਼ ਪਾਣੀ, ਪੀਣ ਜੋਗਾ ਪਾਣੀ ਇੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ। ਅਸੀਂ ਜਾਣਦੇ ਹਾਂ ਕਿ ਆਪਣੇ ਜਿਹੜਾ ਐਂਡ 'ਤੇ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਾਈਵੇਟ ਐਨ ਜੀ ਓਜ਼ ਵੱਲੋਂ, ਖਾਲਸਾ ਏਡ ਪਹਿਲੇ ਦਿਨ ਤੋਂ ਹੀ, ਇਹ ਬੜੀ ਹੀ ਵੱਡੀ ਮਿਸਾਲ ਹੈ ਕਿ ਖਾਲਸਾ ਏਡ ਪਹਿਲੇ ਦਿਨ ਤੋਂ ਹੀ ਇੱਕ ਪੈਰ 'ਤੇ ਖੜ ਕੇ ਇਹਨਾਂ ਹੜ੍ਹ ਪੀੜਤਾਂ ਦੀ ਮਦਦ ਕਰ ਰਿਹਾ, ਅਤੇ ਇੱਕ ਬੇਨਤੀ ਹੱਥ ਜੋੜ ਕੇ ਸਾਡੇ ਵੱਲੋਂ ਹੈ ਖਾਲਸਾ ਏਡ ਨੂੰ ਅਤੇ ਤਮਾਮ ਉਹਨਾਂ ਐਨ ਜੀ ਓਜ਼ ਨੂੰ ਜਿਹੜੇ ਮਦਦ ਕਰ ਰਹੀਆਂ ਨੇ, ਕਿ ਇੱਥੇ ਆ ਕੇ ਵੀ ਇੱਕ ਵਾਰ ਜ਼ਰੂਰ ਇਹਨਾਂ ਦੀ ਸਾਰ ਲਈ ਜਾਏ। ਪਰਿਵਾਰ ਜਿਹੜੇ ਨੇ ਬਿਮਾਰ ਪਏ ਨੇ ਗੰਦਾ ਪਾਣੀ ਪੀਣ ਕਰਕੇ, ਇੱਥੇ ਤੁਰਨਾ ਜਿਹੜਾ ਇੰਨਾ ਔਖਾ ਹੋਇਆ ਪਿਆ, ਪਰ ਫਿਰ ਵੀ ਆਪਣੇ ਵੱਲੋਂ ਪੂਰੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਕਿ ਆਪਣੇ ਘਰ ਦੀ, ਆਪਣੇ ਪਰਿਵਾਰ ਦੀ ਨੁਹਾਰ ਬਦਲੀ ਜਾਏ, ਸੁਧਾਰੀ ਜਾਏ। ਤਾਂ ਕਿਰਪਾ ਕਰਕੇ ਇਹਨਾਂ ਦੀ ਮਦਦ ਵੀ ਪ੍ਰਸ਼ਾਸਨ ਜਦੋਂ ਕਰੇਗਾ ਤਾਂ ਕਰੇਗਾ, ਪਰ ਜਿਹੜੀਆਂ ਐਨ ਜੀ ਓਜ਼ ਪਹਿਲੇ ਦਿਨ ਤੋਂ ਇੱਕ ਪੈਰ 'ਤੇ ਖੜ ਕੇ ਮਦਦ ਕਰ ਰਹੀਆਂ ਨੇ, ਉਹ ਜ਼ਰੂਰ ਇੱਥੇ ਪਹੁੰਚਣ ਅਤੇ ਇਹਨਾਂ ਦੀ ਮਦਦ ਕਰਨ। ਹਰ ਆਇਆ ਜਿਸ ਦਿਨ ਦਾ ਪਾਣੀ ਆਇਆ, ਹਰੇਕ ਸੰਸਥਾ ਆਉਂਦੀ ਹੈ, ਸਾਨੂੰ ਪੁੱਛਦੀ ਹੈ, ਲਾਈਫ ਹੁੰਦੇ ਹਾਂ ਅਸੀਂ, ਹਰੇਕ ਪੁੱਛ ਕੇ ਇਹੀ ਚਲੇ ਜਾਂਦੇ ਆ ਵੀ ਤੁਹਾਡੇ ਕਿੰਨਾ ਨੁਕਸਾਨ ਹੋਇਆ, ਕੀ ਹੋਇਆ, ਤੁਹਾਨੂੰ ਪਾਣੀ ਦੇ ਪ੍ਰਬੰਧ ਕੀਤਾ ਜਾਊਗਾ, ਆਖਰ ਕੁਛ ਨਹੀਂ ਪਹੁੰਚ ਰਿਹਾ ਇੱਥੇ ਤੱਕ ਕਹਿ ਕੇ। ਪਰਿਵਾਰਕ ਮੈਂਬਰ ਬਿਮਾਰ ਨੇ? ਹਾਂਜੀ ਅਸੀਂ ਸਾਰੇ ਬਿਮਾਰ ਪਏ ਹਾਂ, ਸਾਰਿਆਂ ਨੂੰ ਇਹਦੇ ਕਰਕੇ ਹੁੰਮਸ ਹੋ ਰਹੀ ਹੈ ਨਾ, ਉਹਦੇ ਕਰਕੇ ਜ਼ਿਆਦਾ ਸਾਰੇ ਬਿਮਾਰ ਹੋ ਰਹੇ ਹਾਂ ਅਸੀਂ। ਮਾਤਾ ਜੀ ਕੀ ਹੋਇਆ ਤੁਹਾਨੂੰ ਵੀ? ਕੋਈ ਇੱਥੇ ਨਹੀਂ ਹੈਗੀ, ਇਹਨੇ ਪਾਣੀ ਆ ਰਿਹਾ ਪੈਰ ਰੱਖੇ ਤਿਲਕ ਕੇ ਡਿੱਗ ਪਏ, ਕੁਛ ਪਹਿਲਾਂ ਬਿਮਾਰ ਸੀ ਕੁਛ ਉੱਦਾਂ ਬਿਮਾਰ, ਕੋਈ ਸਾਨੂੰ ਸਹੂਲਤ ਨਹੀਂ ਮਿਲੀ। ਜਿਹੜੇ ਕੋਈ ਆਉਂਦੇ ਨੇ ਕਹਿੰਦੇ ਨੇ ਤੁਹਾਡਾ ਕਰਾਂਗੇ ਕਰਕੇ, ਸਾਡਾ ਕੁਛ ਨਹੀਂ ਕਰਦੇ ਹੈਗੇ, ਕੁਛ ਨਹੀਂ ਆਇਆ ਹੈਗਾ ਸਾਨੂੰ, ਸਾਡੇ ਰਾਸ਼ਨ ਤਾਂ ਪਤਾ ਕਿੱਥੇ ਕੁਛ ਨਹੀਂ ਪਹੁੰਚਦਾ ਹੈਗਾ, ਮਾੜਾ ਮੋਟਾ ਹੈਗਾ, ਉਹ ਬਾਹਰੋਂ ਬਾਹਰੋਂ ਅਗਲੇ ਲੈ ਜਾਂਦੇ ਨੇ ਦੇ ਜਾਂਦੇ ਨੇ, ਅੰਦਰ ਤਾਂ ਕੋਈ ਆ ਹੀ ਨਹੀਂ ਰਿਹਾ ਹੈਗਾ ਵੀ ਆਹ ਤੁਹਾਡੀ ਮਸਲਾ ਹੱਸ ਕਰਾਂਗੇ, ਕੁਛ ਵੀ ਨਹੀਂ ਮਿਲ ਰਿਹਾ ਸਾਨੂੰ। ਤਨ ਜਿਗਰੇ ਨੇ ਇਹਨਾਂ ਪਿੰਡ ਵਾਲਿਆਂ ਦੇ, ਤੁਹਾਨੂੰ ਦੱਸ ਦਈਏ ਕਿ ਪਾਣੀ ਪੀਣ ਨਹੀਂ, ਪਾਣੀ ਨਹੀਂ ਹੈ ਇਹਨਾਂ ਕੋਲ ਪੀਣ ਨਹੀਂ, ਸਾਫ਼ ਪਾਣੀ ਨਹੀਂ ਹੈ, ਗੰਦਾ ਪਾਣੀ ਪੀ ਰਹੇ ਨੇ, ਬਿਮਾਰ ਹੋ ਰਹੇ ਨੇ। ਪਰ ਤਨ ਜਿਗਰੇ ਨੇ ਇਹਨਾਂ ਦੇ, ਇਹਨਾਂ ਦੇ ਘਰ ਚੁੱਲ੍ਹੇ ਵੀ ਨਹੀਂ ਬਲ ਰਹੇ, ਪਰ ਸਾਡੇ ਸਾਨੂੰ ਕਿਹਾ ਜਾ ਰਿਹਾ ਕਿ ਜੇ ਚਾਹ ਪੀਣੀ ਹੈ ਤਾਂ ਚਾਹ ਧਰ ਲੈਂਦੇ ਹਾਂ,
ਪਾਣੀ ਸਾਫ਼ ਕਿਤੋਂ ਲਿਆ ਦਿੰਦੇ ਹਾਂ, ਪਰ ਆਪਣੇ ਘਰਾਂ ਦੇ ਅੰਦਰ ਦਾਣੇ ਵੀ ਨਹੀਂ ਹਨ। ਕਣਕ ਤੁਸੀਂ ਦੇਖੀ ਕਾਲੀ ਹੋ ਚੁੱਕੀ ਹੈ, ਜਿਹੜੇ ਪਰਿਵਾਰਕ ਮੈਂਬਰ ਨੇ ਬਿਮਾਰ ਨੇ, ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤਕਲੀਫ ਦੇ ਵਿੱਚ ਨੇ ਲੋਕ। ਦਵਾਈਆਂ ਇਹਨਾਂ ਤੱਕ ਕੋਈ ਬਿਸਤਰਾ ਨਹੀਂ, ਕੋਈ ਕੁਛ ਵੀ ਨਹੀਂ ਬਚਿਆ ਹੈਗਾ ਉੱਪਰ ਲੈਣ ਨੂੰ, ਕੋਈ ਮੰਜੇ ਬਿਸਤਰੇ ਬੈੱਡ ਉਹ ਸਭ ਟੁੱਟੇ ਪਏ ਨੇ। ਕੋਈ ਇੰਨਾ ਉੱਦਣ ਮੈਨੂੰ ਖਾਂਬੇ ਦਾ ਬੁਖਾਰ ਚੜਿਆ ਬਹੁਤ ਜ਼ਿਆਦਾ, ਇੱਕ ਖੇਸ ਜਿਹਾ ਸੀ ਉਹੀ ਉੱਪਰ ਲਿਆ, ਕੋਈ ਉੱਪਰ ਲੈਣ ਨੂੰ ਕੱਪੜਾ ਵੀ ਨਹੀਂ ਮਿਲਿਆ ਹੈਗਾ, ਇੰਨਾ ਖਾਂਬੇ ਤਾਂ ਬੁਖਾਰ ਚੜਦਾ ਰਿਹਾ। ਕੋਈ ਸਾਡੇ ਸੰਬੰਧ ਨਹੀਂ ਹੈਗਾ ਇੱਥੇ, ਬਿਲਕੁਲ ਵੀ ਪਾਣੀ ਕਰਨੀ ਹੋਵੇ ਇਸੇ ਤਰ੍ਹਾਂ ਹੀ ਆ, ਬਿਮਾਰ ਬੈਠੇ ਹਾਂ, ਕੋਈ ਨਹੀਂ ਸਾਡੀ ਸੁਣਾਈ ਹੈਗੀ। ਇਹ ਤਸਵੀਰ ਦੇਖ ਕੇ ਮੈਨੂੰ ਲੱਗਦਾ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਐਡੇ ਵੱਡੇ ਵੱਡੇ ਦਾਅਵੇ ਕਰਕੇ ਇਹਨਾਂ ਸਥਾਨਾਂ ਦੇ ਜਾਇਜ਼ੇ ਲੈਣ ਤੋਂ ਬਾਅਦ ਮੁਆਵਜ਼ਾ ਰਾਸ਼ੀ ਦੇ ਦਾਅਵੇ, ਰਾਸ਼ਨ ਪਾਣੀ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਕਿੱਥੇ ਹੈ ਉਹ ਰਾਸ਼ਨ, ਕਿੱਥੇ ਹੈ ਉਹ ਮੁਆਵਜ਼ਾ ਰਾਸ਼ੀ, ਇਹਨਾਂ ਤੱਕ ਕਿਉਂ ਹਾਲੇ ਤੱਕ ਕੁਝ ਨਹੀਂ ਪਹੁੰਚ ਰਿਹਾ। ਹੜ੍ਹਾਂ ਦੇ ਕਾਰਨ ਕੁਝ ਘਰ ਤਾਂ ਬਰਬਾਦ ਹੋਏ ਨੇ, ਤਬਾਹ ਹੋਏ ਨੇ ਜਾਂ ਖਤਮ ਹੋ ਗਏ ਨੇ, ਪਰ ਕੁਝ ਵਿਅਕਤੀ ਅਜਿਹੇ ਵੀ ਨੇ ਜਿਹੜੇ ਪਹਿਲਾਂ ਤੋਂ ਹੀ ਬੇਘਰ ਸਨ, ਉਹ ਪਹਿਲਾਂ ਤੋਂ ਹੀ ਅਜਿਹੀਆਂ ਝੌਂਪੜੀਆਂ ਬਣਾ ਕੇ ਆਪਣੇ ਛੋਟੇ ਜਿਹੇ ਆਸ਼ਿਆਨੇ ਬਣਾ ਕੇ ਇੱਥੇ ਰਹਿ ਰਹੇ ਸਨ, ਉਹਨਾਂ ਲਈ ਬੜੀ ਵੱਡੀ ਦਿੱਕਤ ਹੈ। ਕਿਸ ਤਰ੍ਹਾਂ ਕਰ ਰਹੇ ਹੋ ਗੁਜ਼ਾਰਾ ਇੱਥੇ, ਇੱਕ ਆ ਮੰਜੇ ਤੋਂ ਇਲਾਵਾ ਹੋਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ? ਹਾਂਜੀ, ਉਹ ਸਾਰੀ ਦੱਗ ਗਿਆ ਜੀ, ਗਰੀਬ ਬੰਦੇ ਵੱਲੋਂ 22 ਸਾਲ ਹੋ ਗਿਆ, ਕੋਈ ਸਮਾਨ ਨਹੀਂ ਬਚਿਆ ਉਹਨਾਂ ਦੇ ਮੋਟਰ 'ਤੇ, ਉਹ ਸਾਰੀ ਦੱਗ ਗਿਆ ਜੀ, ਉੱਥੇ ਟਾਈਮ ਪਾਸ ਕਰ ਰਹੇ ਝੋਪੜੀ ਪਾ ਕੇ ਜੀ। ਤੁਹਾਨੂੰ ਸਰਕਾਰ ਵੱਲੋਂ ਕੋਈ 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 ਮਦਦ ਨਹੀਂ ਕੋਈ ਦੀ ਹੈ ਜੀ? ਕੁਛ ਕੁਛ ਨਹੀਂ ਜੀ, ਕੁਛ ਨਹੀਂ, ਬਸ ਇੱਦਾਂ ਹੀ ਆਪਣਾ ਹੇਠ ਜੋੜ। ਕਦੇ ਕਿਸੇ ਸੰਸਥਾ ਨੇ ਮਦਦ ਕੀਤੀ? ਨਹੀਂ, ਕੋਈ ਮਦਦ ਨਹੀਂ ਕੀਤਾ ਜੀ। 22 ਸਾਲਾਂ ਤੋਂ ਇਸੇ ਤਰ੍ਹਾਂ ਰਹਿ ਰਹੇ ਹੋ? ਹਾਂਜੀ, ਇੱਦਾਂ ਹੀ। ਬਾੜ ਆਈ ਜਦੋਂ ਪਾਣੀ ਤਾਂ ਇੰਨਾ ਇੰਨਾ ਤਾਂ ਪਾਣੀ ਖੜਾ ਹੋਇਆ ਸੀ, ਤੇ ਕਿਸ ਤਰ੍ਹਾਂ ਰਹੇ ਹੋ? ਉਹ ਇੱਦਾਂ ਹੀ ਆ ਕੇ ਜੀ ਬਾਂਧ ਤੇ ਆਪਾਂ ਖੜ ਕੇ ਤਾਂ ਬਸ ਆਪਾਂ ਟਾਈਮ ਪਾਸ ਕਰਦੇ, ਗੁਜ਼ਾਰਾ ਕਰਦੇ ਬਸ, ਆਹੀ ਗੱਲ ਹੈ ਜੀ। ਹਾਂਜੀ, ਗਰੀਬ ਬੰਦੇ, ਦਾੜੀ ਤਾਂ ਆਪਾਂ ਕਰਦੇ ਆਪਾਂ, ਬਸ ਆਹੀ ਕੰਮ ਹੈ। ਕੋਈ ਕਹਿੰਦਾ ਇੱਥੇ ਬਣਾ ਲਓ, ਠੀਕ ਹੈ ਜੀ, ਬਸ ਆਹੀ ਚੀਜ਼ ਹੈ। ਪ੍ਰਸ਼ਾਸਨ ਵੱਲੋਂ ਸਾਡੀ ਕੋਈ ਵੀ ਹਜੇ ਮਦਦ ਨਹੀਂ ਕੀਤੀ ਗਈ ਜੀ। ਜਦੋਂ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੇੜਾ ਮਾਰ ਰਿਹਾ, ਉਹਨਾਂ ਨਾਲ ਗੱਲਬਾਤ ਕਿਉਂ ਨਹੀਂ ਕੀਤੀ? ਕਿੰਨੀ ਦਿੱਕਤ ਆ ਰਹੀ ਹੈ, ਕਿੰਨੀ ਤਕਲੀਫ 'ਚ? ਨਹੀਂ, ਉਹ ਜੀ ਆਪਣਾ ਬਸ ਟਾਈਮ ਜਿਹਾ ਪਾਸ ਕਰਕੇ ਅੱਗੇ ਚਲੇ ਗਏ ਆ, ਵੀ ਉਹ ਕਹਿੰਦੇ ਅਸੀਂ ਤੁਹਾਨੂੰ ਦੇਖਦੇ ਹਾਂ, ਪਰ ਹਾਲੇ ਤੱਕ ਵੀ ਮਾਲੀ ਮਦਦ ਸਾਡੀ ਕੋਈ ਨਹੀਂ ਹੋਈ। ਉਦਣ ਆਸ਼ੂ ਜੀ ਆਇਆ ਸੀ, ਹਾਂਜੀ ਰਵਨੀਤ ਬਿੱਟੂ ਸਾਹਿਬ ਆਇਆ ਸੀ, ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਹੱਥ ਖੜਾ ਕਰਕੇ ਅੱਗੇ ਨਿਕਲ ਗਏ। ਤੋ ਜੋ ਵੀ ਮਾਲੀ ਮਦਦ ਸਾਨੂੰ ਦੇ ਰਹੀ ਹੈ ਗੁਰਦੁਆਰਾ ਸਾਹਿਬ ਵੱਲੋਂ, ਕੋਈ ਵੀ ਲੰਗਰ ਪਾਣੀ ਆਉਂਦਾ ਅਤੇ ਹੋਰਾਂ ਦੀ ਦਰਬਾਰਾਂ ਵੱਲੋਂ ਜਾਂ ਸੇਵਾਦਾਰਾਂ ਵੱਲੋਂ ਥੋੜ੍ਹਾ ਥੋੜ੍ਹਾ ਰਾਸ਼ਨ ਕਰਕੇ ਸਾਨੂੰ ਆ ਰਿਹਾ। ਹਾਂਜੀ, ਪ੍ਰਾਈਵੇਟ ਸੰਸਥਾਵਾਂ ਨੇ, ਉਹਨਾਂ ਨੇ ਆ ਕੇ ਥੋੜ੍ਹੀ ਬਹੁਤ ਹਾਂਜੀ ਮਦਦ ਕੀਤੀ ਹੈ। ਜੇ ਤੁਸੀਂ ਕਹਿੰਦੇ ਵੀ ਹਾਂਜੀ ਗੌਰਮੈਂਟ ਵੱਲੋਂ ਜਾਂ ਹਾਂਜੀ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਵੀ ਕੋਈ ਇੱਦਾਂ ਦੀ ਹਾਂਜੀ ਮਦਦ ਨਹੀਂ ਮਿਲੀ ਸਾਨੂੰ, ਅਤੇ ਕੋਈ ਸਮਾਨ ਸਾਡਾ ਸਾਰਾ ਖਰਾਬ ਹੋ ਚੁੱਕਿਆ ਹਾਂਜੀ ਮੀਂਹ ਦੇ ਕਾਰਨ, ਕਿਉਂਕਿ ਅੱਧਾ ਸਮਾਨ ਸਾਡਾ ਬਿਨਾਂ ਮਤਲਬ ਤਰਪਾਲਾਂ ਕਰਕੇ ਪਿਆ, ਕਦੇ ਵੀ ਹਾਂਜੀ ਬਾਰਿਸ਼ ਆ ਸਕਦੀ ਹੈ, ਪਰ ਸਾਡੇ ਕੋਲੋਂ ਸਮਾਨ ਜਿਹੜਾ ਬਚਿਆ ਵੀ ਹੈ ਮਾੜਾ ਮੋਟਾ ਬਚਿਆ ਤਾਂ ਫਿਲਹਾਲ ਕੁਛ ਨਹੀਂ, ਅਤੇ ਪਰ ਅਸੀਂ ਤਰਪਾਲਾਂ ਵੀ ਨਹੀਂ ਸਾਨੂੰ ਹਾਂਜੀ ਦਿੱਤੀਆਂ ਗਈਆਂ ਉਹਨਾਂ ਵੱਲੋਂ। ਇਹ ਜੀ ਇਸ 5 ਨੰਬਰ ਵਾਰਡ ਆ ਇਹ ਜੀ ਆਲੋ ਵਾਲਾ ਪਿੰਡ ਦਾ ਅੱਧਾ ਹਿੱਸਾ ਜਿਹੜਾ, ਇੱਥੇ ਹਾਂਜੀ 90 ਦੇ ਕਰੀਬ ਹਾਂਜੀ ਵੋਟਾਂ ਹੈਗੀਆਂ ਨੇ। ਆਧਾਰ ਕਾਰਡ ਸਭ ਦੇ ਬਣੇ ਹੋਣੇ ਨੇ, ਰਾਸ਼ਨ ਕਾਰਡ ਬਣੇ ਹੋਣੇ ਨੇ। ਹਾਂਜੀ, ਆਧਾਰ ਕਾਰਡ ਹਾਂਜੀ, ਰਾਸ਼ਨ ਕਾਰਡ, ਸੋ ਮੀਟਰ ਲੱਗੇ ਜੀ, ਇਕੱਲੇ ਇਕੱਲੇ ਦੇ ਘਰਾਂ ਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ। ਤੋ ਜਦੋਂ ਵੀ ਅਸੀਂ ਕੋਈ ਗ੍ਰਾਂਟ ਦੀ ਗੱਲ ਮੈਂ ਇੱਥੋਂ ਕਰਦਾ, ਕਿਉਂਕਿ ਪਿੰਡ ਵਾਲੇ ਮੇਰੇ ਤੋਂ ਹਾਂਜੀ ਪੁੱਛਦੇ ਆ ਵੀ ਤੂੰ ਇਸ ਪਿੰਡ ਦਾ ਹਾਂਜੀ ਪੰਚਾਇਤ ਮੈਂਬਰ ਆ, ਵੀ ਨਲਕੇ ਨਹੀਂ ਲੱਗੇ, ਕੋਈ ਹਲੇ ਤੱਕ ਗਲੀ ਪੱਕੀ ਨਹੀਂ ਹੋਈ, ਅਤੇ ਜਦੋਂ ਮੈਂ ਅੱਗੇ ਸਰਪੰਚ ਸਾਹਿਬ ਨਾਲ ਗੱਲ ਕਰਦਾ ਉਹ ਮੈਨੂੰ ਕਹਿ ਦਿੰਦੇ ਆ ਉਹਨਾਂ ਵੀ ਅੱਜ ਵੀ ਸਾਨੂੰ ਜੇ MLA ਸਾਹਿਬ ਕਹਿੰਦੇ ਵੀ ਆਬਾਦੀ ਤੋਂ ਬਾਹਰ ਆ, ਵੀ ਇੱਥੇ ਅਸੀਂ ਗ੍ਰਾਂਟ ਦਾ ਇੱਕ ਵੀ ਪੈਸਾ ਲਾ ਨਹੀਂ ਸਕਦੇ, ਤੇ ਵੋਟਾਂ ਵੀ ਨਾ ਪਾਓ ਨਾ ਜੇ ਤੁਸੀਂ ਆਬਾਦੀ ਤੋਂ ਬਾਹਰ। ਹਾਂਜੀ ਹਾਂਜੀ, ਉਹੀ ਤਾਂ ਗੱਲ ਹੈ ਜੀ, ਹੁਣ ਵੋਟਾਂ ਤਾਂ ਉਹਨਾਂ ਦੇ ਖਾਤੇ ਜਾਂਦੀ ਹੈ, ਤਾਂ ਹੁਣ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹਾਂਜੀ, ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ, ਵੀ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸਾਡੇ ਕੋਲ ਆ ਕੇ, ਉਹ ਆ ਕੇ ਪਿੱਛੇ ਪਿੰਡਾਂ 'ਚੋਂ ਆ ਕੇ ਹਾਂਜੀ ਮੁੜ ਜਾਂਦੇ ਨੇ, ਅਤੇ ਇੱਥੇ ਤੱਕ ਕੋਈ ਨਹੀਂ ਪਹੁੰਚਦਾ ਸਾਡੇ ਕੋਲ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਬੰਦ ਕੁੜੀਆਂ ਆਲੋਵਾਲ। ਸਤਿ ਸ਼੍ਰੀ ਅਕਾਲ, ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ। ਯੂ ਨੋ SDS, non-SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।